एक बार फिर तो YouTube चैनल तत् गुरमत ज्ञान दे उत्ते हर सोमवार दी तरह प्रोग्राम सवाल जवाब जिहड़ा हैगा आपां ओह लैके आउंदे हुंदे आ कि मंगलवार लैके आ रहे हैं कल बिजी होण करके जिहड़ा प्रोग्राम है इह आपां नहीं लैके आ सकते। इस प्रोग्राम दे विच मैं मनजोत सिंह ते मेरे नाल हर वार दी तरह प्रोफेसर इंद्र सिंह जी घग्गा जो आप जी दे सवालां दे जवाब देण वास्ते हुंदे आ आओ उन्हां नाल फतेह दी सांझ पाउंदे आ जी। प्रोफेसर साहब वाहिगुरू जी का खालसा वाहिगुरू जी की फतेह जी। वाहिगुरू जी का खालसा वाहिगुरू जी की फतेह जी। प्रोफेसर साहब एक बार फिर तो जिन्ने एक स्रोतियां दे सवाल आए है फिर मैसेज ते फोन साडे कोले आए सी के आप जी दा शुकराना करना चाहुंदे आ जी बहुत बहुत धन्नवाद आप जी दा कह रहे हो ते दिलचस्पी नाल सवाल भेजदे ने सुणदे ने ते इस तरह दी जिहड़ी है कंट्रोवर्सी वालियां गल्लां भी कई आउंदियां ने ते ध्यान नाल उहनां नूं भी प्रमाण कर जी जी। हाँ जी प्रोफेसर साहब गलबात आप करते हैं शुरू उस तो पहला मैं स्रोतियां दे नाल दो गल्लां सांझियां जिहड़ियां हैगियां करदे आ इस प्रोग्राम तो रिलेटेड। तुसीं इस प्रोग्राम दे विच जे सवाल भेजने होण तां साडा वट्सएप नंबर 7073288195 इस नंबर दे उत्ते तुसीं सवाल सानूं भेज सकदे हो। स्क्रीन दे उत्ते साडा नंबर जिहड़ा हैगा उह तुहानूं दिख जाणा। इहदे विच तुसीं दो तरीकिआं नाल कष्ट कर सकदे हो। कईआं नूं लगदा हुंदा वी मैनूं पंजाबी लिखणी नहीं आउंदी ਤਾਂ ਉਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਪੰਜਾਬੀ ਦੀ ਬਜਾਏ ਵੋਇਸ ਮੈਸੇਜ ਬੋਲ ਕੇ ਪਾ ਦਿਓਗੇ ਅਸੀਂ ਤਾਂ ਵੀ ਉਹਨੂੰ ਆਪਣਾ ਲਿਖਤੀ ਰੂਪ ਦੇ ਵਿੱਚ ਲਿਖ ਲੈਂਦੇ ਹਾਂ। ਤੁਸੀਂ ਬੋਲ ਕੇ ਜਾਂ ਲਿਖ ਕੇ ਇਸ ਨੰਬਰ ਦੇ ਉੱਤੇ ਆਪਣੇ ਸਵਾਲ ਜਿਹੜੇ ਹੈਗੇ ਆ ਉਹ ਭੇਜ ਸਕਦੇ ਹੋ। ਇਹਦੇ ਨਾਲ ਨਾਲ ਉਹਨਾਂ ਵੀਰਾਂ ਨੂੰ ਵੀ ਬੇਨਤੀ ਆ ਜਿਨ੍ਹਾਂ ਨੇ ਸਾਡੇ ਕੋਲੇ ਸਵਾਲ ਭੇਜੇ ਹੋਏ ਆ ਤੁਹਾਡੇ ਜਿਹੜੇ ਸਵਾਲ ਭੇਜੇ ਹੁੰਦੇ ਆ ਸਾਡੇ ਕੋਲੇ ਤੁਸੀਂ ਇਹ ਨਾ ਸੋਚਿਆ ਕਰੋ ਵੀ ਤੁਸੀਂ ਸਵਾਲ ਭੇਜਿਆ ਤੇ ਨਾਲ ਦੀ ਨਾਲ ਉਹ ਸੀਨ ਹੋ ਜਾਣਾ। ਇੱਕ ਦਿਨ ਲੱਗ ਕੇ ਪੂਰਾ ਟਾਈਮ ਦੇ ਕੇ ਉਹ ਜਿਹੜੇ ਸਵਾਲ ਹੈਗੇ ਆ ਤੁਹਾਡੇ ਸਾਰੇ ਦੇ ਸਾਰੇ ਇਕੱਠੇ ਨੋਟ ਕੀਤੇ ਜਾਂਦੇ ਆ ਉਹਦੇ ਵਿੱਚ 5 ਦਿਨ 10 ਦਿਨ ਦਾ ਟਾਈਮ ਲੱਗ ਸਕਦਾ ਕਿਉਂਕਿ ਲਿਸਟ ਕਾਫੀ ਲੰਬੀ ਹੁੰਦੀ ਹੈ। ਇੱਕ ਇੱਕ ਸਵਾਲ ਜੇ ਆਪਾਂ ਐਨ ਨੋਟ ਕਰੀਏ ਤਾਂ ਉਹ ਸਾਡੇ ਲਈ ਸਮੱਸਿਆ ਹੁੰਦੀ ਹੈ। ਜਦੋਂ ਵੀ ਅਸੀਂ ਉਹ ਸਵਾਲ ਨੋਟ ਕਰਦੇ ਹਾਂ ਤੁਹਾਡਾ ਮੈਸੇਜ ਆਟੋਮੈਟਿਕਲੀ ਜਿਹੜਾ ਹੈਗਾ ਸੀਨ ਹੋ ਜਾਂਦਾ। ਜੇ ਕਿਸੇ ਦਾ ਸਵਾਲ ਸਾਡੇ ਕੋਲੇ ਆਇਆ ਹੋਵੇ ਤੇ ਪੁੱਛਣ ਤੋਂ ਰਹਿ ਗਿਆ ਹੋਵੇ ਕਾਫੀ ਪੁਰਾਣਾ ਬਾਈ ਮਿਸਟੇਕ ਹੋ ਸਕਦਾ ਤੁਸੀਂ ਦੁਬਾਰੇ ਸਵਾਲ ਭੇਜ ਦਿਓ ਦੁਬਾਰੇ ਸਾਨੂੰ ਮੈਸੇਜ ਭੇਜ ਦਿਓ ਆਪਾਂ ਪ੍ਰੋਫੈਸਰ ਸਾਹਿਬ ਤੋਂ ਉਹਨਾਂ ਸਵਾਲਾਂ ਦੇ ਜਵਾਬ ਲੈ ਲਵਾਂਗੇ। ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ। 410 ਤੱਕ ਆਪਣੇ ਜਿਹੜੇ ਸਵਾਲ ਸੀਗੇ ਆਪਾਂ ਪ੍ਰੋਫੈਸਰ ਸਾਹਿਬ ਤੋਂ ਪੁੱਛ ਚੁੱਕੇ ਹਾਂ। 411 ਨੰਬਰ ਸਵਾਲ ਹੈ ਜੀ ਰਿਸ਼ਪਾਲ ਸਿੰਘ ਦੀਨਾਨਗਰ ਤੋਂ ਇਹਨਾਂ ਦਾ ਸਵਾਲ ਹੈ ਜੀ। ਸਵਾਲ ਬੜਾ ਸਿੰਪਲ ਜਿਹਾ ਹੈਗਾ ਜਿਹੜਾ ਜਿਸ ਤਰੀਕੇ ਦੇ ਨਾਲ ਪ੍ਰੋਫੈਸਰ ਸਾਹਿਬ ਆਪਣੇ ਗਿਆਨ ਤੋਂ ਹੀਣਾ ਹੋਣ ਕਰਕੇ ਸਮਾਜ ਬਾਬਿਆਂ ਦੇ ਮਗਰ ਟੂਣਿਆਂ ਦੇ ਮਗਰ ਪੁੱਛਾਂ ਕੱਢਣ ਵਾਲਿਆਂ ਦੇ ਮਗਰ ਜਾਂ ਦਰਖਤਾਂ ਦੀ ਪੂਜਾ ਮੜੀਆਂ ਦੀ ਪੂਜਾ ਜਿਹੜਾ ਸਿਸਟਮ ਚੱਲਦਾ ਹੈਗਾ ਉਹਦੇ ਤੋਂ ਰਿਲੇਟਡ ਇਹਨਾਂ ਦਾ ਸਵਾਲ ਹੈ। ਪੁੱਛਦੇ ਆ ਜਿਹੜਾ ਟੂਣਾ ਹੁੰਦਾ ਹੈ ਸੜਕ ਦੇ ਉੱਤੇ ਕੁਛ ਨਾ ਕੁਛ ਕਰਕੇ ਨਾਰੀਅਲ ਦੇ ਵਿੱਚ ਕੁਛ ਲਪੇਟ ਕੇ ਕੁਛ ਪੈਸੇ ਸੰਦੂਰ ਨਾਲ ਰੱਖ ਕੇ ਜੋ ਕੀਤਾ ਜਾਂਦਾ ਕਹਿੰਦੇ ਵਾਕਈ ਉਹਦਾ ਅਸਰ ਹੁੰਦਾ ਹੈ? ਹਾਂਜੀ ਇਹਦਾ ਅਸਰ ਹੁੰਦਾ ਹੈ ਸਾਡੇ ਮਨ ਦੇ ਉੱਤੇ ਸਾਡੇ ਦਿਮਾਗ ਦੇ ਉੱਤੇ ਜਿਹੜੇ ਘੱਟ ਅਕਲ ਵਾਲੇ ਲੋਕ ਨੇ ਔਰ ਜਿਹੜੇ ਮਾਨਸਿਕ ਤੌਰ ਤੇ ਡਰਪੋਕ ਨੇ ਕਮਜ਼ੋਰ ਨੇ ਉਹਨਾਂ ਤੇ ਅਸਰ ਹੋ ਜਾਂਦਾ ਹੈ ਤੇ ਉਹ ਫਿਰ ਬਿਮਾਰ ਵੀ ਹੋ ਜਾਂਦੇ ਨੇ। ਉਹਨਾਂ ਨੂੰ ਫਿਰ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਹੁੰਦੀ ਉਹਨਾਂ ਨੂੰ ਫਿਰ ਹਥੌੜੇ ਕਰਾਉਣੇ ਪੈਂਦੇ ਨੇ ਕਿਉਂਕਿ ਮੂਰਖ ਜਿਹੜਾ ਹਥੌੜੇ ਕਰਨ ਵਾਲਾ ਸਾਧ ਹੈ ਉਹਦੇ ਪੈਰਾਂ 'ਚ ਜਾ ਕੇ ਉਹਨਾਂ ਨੂੰ ਪੈਣਾ ਪੈਂਦਾ ਹੈ। ਇਹ ਇੱਕ ਮੂਰਖਾਂ ਨੂੰ ਹੋਰ ਮੂਰਖ ਬਣਾ ਕੇ ਲੁੱਟ ਕੇ ਖਾਣ ਦਾ ਸਾਧਾ ਸੰਤਾਂ ਆਦਿਕ ਨੇ ਇੱਕ ਢੰਗ ਅਪਣਾਇਆ ਹੋਇਆ ਸੀ। ਅਸਲ ਦੇ ਵਿੱਚ ਇਹ ਗੱਲ ਇਹ ਸੀ ਪੁਰਾਣੇ ਜ਼ਮਾਨਿਆਂ 'ਚ ਨਾ ਤਾਂ ਕੋਈ ਵਿੱਦਿਆ ਦਾ ਪ੍ਰਬੰਧ ਸੀ ਤੇ ਨਾ ਆਲੇ ਲੋਕੀ ਇੰਨੇ ਅਕਲਵੰਦ ਹੋਏ ਸਨ ਤੇ ਨਾ ਉਹਨਾਂ ਨੂੰ ਇੰਨੀ ਹਿੰਮਤ ਹੌਸਲਾ ਕੋਈ ਦੇਣ ਵਾਲਾ ਸੀ ਕਿ ਤੁਸੀਂ ਆਪਣੀਆਂ ਦੁੱਖ ਤਕਲੀਫਾਂ ਕਿਵੇਂ ਦੂਰ ਕਰਨੀਆਂ ਨੇ। ਉਹਨਾਂ ਨੂੰ ਫਿਰ ਇਸ ਤਰ੍ਹਾਂ ਦੇ ਇੱਕ ਮਾਨਸਿਕ ਤਸੱਲੀ ਦੇਣ ਵਾਸਤੇ ਪਹਿਲੀ ਗੱਲ ਸੀ ਕਿ ਤੁਸੀਂ ਇਹ ਧਾਗਾ ਇਹ ਤਵੀਤ ਆਪਣੇ ਗਲ 'ਚ ਪਾ ਲਓ ਤੁਹਾਨੂੰ ਕੋਈ ਬਲਾ ਕੋਈ ਬਿਮਾਰੀ ਨਹੀਂ ਚਿੰਬੜੇਗੀ। ਇਹ ਚੱਕਰ ਵੀ ਚਲਾਇਆ ਇਹਨਾਂ ਪੁਜਾਰੀਆਂ ਨੇ। ਫਿਰ ਅਗਲਾ ਸੀ ਕਿ ਤੁਸੀਂ ਫਲਾਣੇ ਚੌਂਕ ਦੇ ਵਿੱਚ ਫਲਾਣੇ ਦੇ ਘਰ ਅੱਗੇ ਆਹ ਚੀਜ਼ ਰੱਖਿਆ ਹੋ ਤੇ ਇਹ ਜਿਹੜੀ ਭੂਤ ਪ੍ਰੇਤ ਤੁਹਾਡੇ ਘਰ ਆਈ ਹੈ ਉਹ ਉਹਨਾਂ ਬਗਾਨਿਆਂ ਦੇ ਘਰ ਚਲੀ ਜਾਵੇਗੀ। ਇੱਥੇ ਤੱਕ ਗੱਲ ਨਹੀਂ ਰੁਕੀ। ਕੁਝ ਪੁਜਾਰੀਆਂ ਨੇ ਇਹਨੂੰ ਬਾਹਰ ਜਿੱਥੇ ਚੁਰਾਹੇ ਚੌਂਕ ਹੁੰਦੇ ਨੇ ਉਹਨਾਂ ਚੌਂਕਾਂ ਦੇ ਵਿੱਚ ਵੀ ਕੁਝ ਟੂਣਾ ਟਾਮਣ ਕਰਕੇ ਇੱਥੋਂ ਤੱਕ ਕੁਝ ਭਾਂਡੇ ਕੁਝ ਕੱਪੜੇ ਕੁਝ ਚੌਲ ਕੁਝ ਤੇਲ ਤੇ ਮੈਂ ਆਪ ਵੇਖ ਚੁੱਕਿਆ। ਇੱਥੇ ਸੈਰ ਕਰਨ ਮੈਂ ਜਾਣਾ ਤਾਂ ਕਈ ਵਾਰੀ ਸ਼ਰਾਬ ਦੀਆਂ ਬੋਤਲਾਂ ਵੀ ਚੌਂਕ 'ਚ ਰੱਖੀਆਂ ਹੁੰਦੀਆਂ ਨੇ ਤੇ ਮੈਂ ਸ਼ਰਾਬ ਦੀ ਬੋਤਲ ਨੂੰ ਲੱਤ ਮਾਰ ਕੇ ਪਰੇ ਕਰਨ ਦਾ ਸੀ ਤੇ ਬਾਕੀ ਜੇ ਸੂਟ ਹੈ ਕੋਈ ਰੱਖਿਆ ਕੱਪੜਾ ਲੀੜਾ ਜਾਂ ਕੋਈ ਖਾਣ ਵਾਲੀਆਂ ਚੀਜ਼ਾਂ ਨੇ ਉਹ ਮੈਂ ਚੁੱਕ ਲਿਆਉਣੀਆਂ ਤੇ ਜਾਂ ਤਾਂ ਫਿਰ ਕੁੱਤਿਆਂ ਨੂੰ ਸਮਾਨ ਪਾ ਦੇਣਾ ਤੇ ਉਹ ਕਿਸੇ ਗਰੀਬ ਬੀਬੀ ਨੂੰ ਉਹ ਸੂਟ ਦੇ ਦੇਣਾ
ਤੇ ਤੁਹਾਡੇ ਸਾਹਮਣੇ ਮੈਂ 74 ਸਾਲ ਦਾ ਬੈਠਾ ਤੇ ਇਹਨਾਂ ਬਥੇਰੇ ਟੂਣੇ ਟਾਂਬਣਾਂ ਨੂੰ ਮੈਂ ਭੰਦਾ ਰਿਹਾ ਤੇ ਮੇਰੀ ਕੋਈ ਲੱਤ ਨਹੀਂ ਭੱਜੀ, ਬਿਲਕੁਲ ਤੰਦਰੁਸਤ ਬੈਠਾ ਹੋਇਆ। ਗੱਲ ਹੈ ਕਿ ਅੰਦਰੋਂ ਦਲੇਰ ਹੋਣ ਦਾ, ਤਾਕਤਵਰ ਹੋਣ ਦਾ। ਜਿਹੜਾ ਬੰਦਾ ਦੁਸ਼ਮਣ ਦਾ ਮੁਕਾਬਲਾ ਕਰਨ ਦੇ ਯੋਗ ਨਹੀਂ ਹੈ, ਉਹ ਆਸ ਕਰਦਾ ਕਿ ਇਸ ਟੂਣੇ ਟਾਂਬਣ ਦੇ ਨਾਲ ਮੈਂ ਦੁਸ਼ਮਣ ਨੂੰ, ਵਿਰੋਧੀ ਨੂੰ ਖਤਮ ਕਰਦੇ ਹਾਂ। ਜਿਹੜਾ ਆਪ ਮੈਡੀਕਲ ਢੰਗ ਦੇ ਨਾਲ ਡਾਕਟਰਾਂ ਤੋਂ ਇਲਾਜ ਕਰਨ ਦੇ ਯੋਗ ਨਹੀਂ ਹੈ, ਉਹ ਫਿਰ ਜਾਦੂ ਮੰਤਰਾਂ ਨਾਲ ਇਲਾਜ ਕਰਾਉਣ ਦਾ ਯਤਨ ਕਰਦਾ। ਤੇ ਮੈਂ ਤਾਂ ਬੜਾ ਸਿੱਧਾ ਜਿਹਾ ਤਰੀਕੇ ਨਾਲ ਸਵਾਲ ਕਰਦਾ ਹੁੰਦਾ ਇਹਨਾਂ ਲੋਕਾਂ ਨੂੰ ਕਿ ਜਿਹੜੇ ਜਾਦੂ ਕਰਨ ਵਾਲੇ ਨੇ, ਇਹਨਾਂ ਸਾਰਿਆਂ ਨੂੰ ਪਕੜ ਕੇ ਘਸੀਟ ਕੇ ਪਾਕਿਸਤਾਨ ਦੇ ਅਤੇ ਚੀਨ ਦੇ ਬਾਰਡਰ ਤੇ ਬਿਠਾ ਦੇਣਾ ਚਾਹੀਦਾ। ਤੇ ਜਦੋਂ ਪਾਕਿਸਤਾਨ ਦਾ ਸਿਪਾਹੀ ਕੋਈ ਇੱਧਰ ਨੂੰ ਦਾਖਲ ਹੋਵੇ, ਉਹਦੀ ਆਪਣਾ ਕਹਿਣ ਇਹਨੂੰ ਵੀ ਜਾਦੂ ਚੱਲ ਪਵੇ ਭੂਤ ਪ੍ਰੇਤ ਤੇ ਉਹਦਾ ਰਸਤਾ ਘੇਰ ਲਵੇ, ਸਾਰੇ ਬਾਰਡਰਾਂ ਦੀ ਰਾਖੀ ਕਰਨ ਚੀਨ ਵੱਲੋਂ ਵੀ ਅਤੇ ਪਾਕਿਸਤਾਨ ਵੱਲੋਂ ਵੀ, ਜਾਂ ਸਮੁੰਦਰੀ ਰਸਤੇ ਕੋਈ ਸਮੁੰਦਰੀ ਜਹਾਜ਼ ਰਾਹੀਂ ਦੁਸ਼ਮਣ ਆਉਂਦਾ ਤੇ ਉਹਨੂੰ ਰੋਕਣ ਵਾਸਤੇ ਇਹ ਪ੍ਰਬੰਧ ਕਰਨ। ਤੇ ਜੇ ਇਹ ਜਿਹੜੇ ਸਾਧ ਨੇ ਜਾਦੂ ਮੰਤਰ ਤਾਕਤਵਰ ਹੋਣ ਦਾ ਢੌਂਗ ਕਰਦੇ ਨੇ, ਜੇ ਨਹੀਂ ਕਰਦੇ ਤਾਂ ਸਰਕਾਰ ਨੂੰ ਚਾਹੀਦਾ ਇਹਨਾਂ ਸਾਰਿਆਂ ਨੂੰ ਫੜ ਕੇ ਜੇਲ੍ਹਾਂ 'ਚ ਭੇਜੇ, ਕਿਉਂਕਿ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਕੁਰਾਹੇ ਪਾ ਰਹੇ ਨੇ ਤੇ ਲੁੱਟ ਕੇ ਖਾ ਰਹੇ ਨੇ। ਸਾਡੇ ਲੋਕਾਂ ਦੀ ਤਾਂ ਹਾਲਤ ਨਿਕਰੀ ਹੋਈ ਹੈ, ਇਹ ਤਾਂ ਚਿੜੀਆਂ ਨੂੰ ਅੰਨ ਦਾਣਾ ਪਾ ਕੇ ਇਉਂ ਸਮਝਦੇ ਨੇ ਕਿ ਚਿੜੀਆਂ ਮੈਨੂੰ ਹੁਣ ਸਵਰਗ ਦਾ ਟਿਕਟ ਦੇ ਦੇਣਗੀਆਂ। ਪਸ਼ੂ ਪੰਛੀਆਂ ਦੀ ਸੇਵਾ ਉਹ ਆਪਣੀ ਥਾਂ ਤੇ ਮਹੱਤਵਪੂਰਨ ਹੈ, ਜੇ ਕਿਸੇ ਨੇ ਕੁਝ ਚਿੜੀਆਂ ਨੂੰ ਕੀੜੀਆਂ ਨੂੰ ਕੁਝ ਪਾਉਣਾ ਹੈ ਪਸ਼ੂ ਪੰਛੀਆਂ ਨੂੰ, ਤਾਂ ਇਹਦਾ ਜ਼ਿੰਦਗੀ ਦਾ ਇੱਕ ਪੱਖ ਹੋ ਸਕਦਾ ਹੈ ਕਿ ਉਹ ਜੀਵ ਲੋੜਵੰਦ ਨੇ, ਪਰ ਇਹਦਾ ਸਵਰਗ ਦੇ ਨਰਕ ਦੇ ਨਾਲ ਭੂਤ ਪ੍ਰੇਤ ਦੇ ਨਾਲ ਕੋਈ ਸਰੋਕਾਰ ਨਹੀਂ ਹੈ। ਤੇ ਕਈ ਕੀੜਿਆਂ ਨੂੰ ਚੌਲ ਵਗੈਰਾ ਆਟਾ ਆਦਿਕ ਪਾਉਂਦੇ ਨੇ, ਗੁੜ ਮਠਿਆਈ ਪਾਉਂਦੇ ਨੇ ਕਿ ਸਾਡੇ ਪਾਪ ਕੱਟੇ ਜਾਣਗੇ, ਉਹ ਬੰਦਿਆਂ ਦੀ ਸੇਵਾ ਕਰਨ ਨੂੰ ਤੇ ਤਿਆਰ ਨਹੀਂ ਹੈਗੇ, ਤੇ ਇਹ ਕੀੜੇ ਮਕੌੜਿਆਂ ਦੇ ਰਾਹੀਂ ਉਹਨਾਂ ਦੇ ਪਾਪ ਕੱਟੇ ਜਾਣਗੇ। ਇਹ ਜਿਹੜੀ ਅਗਿਆਨਤਾ ਲੋਕਾਂ ਦੇ ਅੰਦਰ ਬੈਠੀ ਹੋਈ ਹੈ, ਉਹਦਾ ਇਹ ਪੁਜਾਰੀ ਤਬਕਾ ਫਾਇਦਾ ਉਠਾ ਰਿਹਾ। ਇਹ ਕੁਝ ਹਿੱਸਾ ਤਾਂ ਚੌਂਕਾਂ ਦੇ ਵਿੱਚ ਰਖਵਾਉਂਦੇ ਨੇ ਟੂਣਾ ਟਾਂਬਣ ਕਰਾਉਣ ਦੇ ਬਹਾਨੇ, ਤੇ ਕੁਝ ਉਹਦਾ ਹਿੱਸਾ ਆਪ ਲੈ ਲੈਂਦੇ ਨੇ, ਭਾਵ ਕਿ ਇੰਨਾ ਪੈਸਾ ਤੂੰ ਸਾਡੇ ਕੋਲੇ ਦਾਨ ਕਰ ਦੇ ਫਿਰ ਤੇਰੇ ਪਾਪ ਕੱਟੇ ਜਾਣਗੇ। ਹਾਂਜੀ, ਇਸ ਤਰ੍ਹਾਂ ਗੁਰੂ ਸਾਹਿਬ ਤਾਂ ਇੱਥੋਂ ਤਾਂ ਕਹਿ ਰਹੇ ਨੇ, ਭਾਈ ਮਤ ਕੋਈ ਜਾਣੋ ਕਿਸੇ ਕਾ ਕਿਛ ਹੱਥ ਹੈ, ਸਭ ਕਰੇ ਕਰਾਇਆ। ਨਿਰੰਕਾਰ ਦਾ ਜਿਹੜਾ ਨਿਯਮ ਹੈ ਸਾਰਾ ਉਹਦੇ ਮੁਤਾਬਕ ਕੰਮ ਹੋਣਾ, ਕਿਸੇ ਬੰਦੇ ਦੇ ਕੁਝ ਵੀ ਹੱਥ 'ਚ ਇਹੋ ਜਿਹੀ ਤਾਕਤ ਨਹੀਂ ਹੈ। ਤੇ ਗੁਰੂ ਸਾਹਿਬ ਤਾਂ ਕਹਿੰਦੇ ਨੇ, ਜਰਾ ਮਰਾ ਤਾਪ ਸਿਰਤ ਸਾਪ ਸਭ ਹਰਕਾ ਵਸ ਹੈ, ਕੋਈ ਲਾਗ ਨਾ ਸਕਾ ਬਿਨ ਹਰਕਾ ਲਾਇਆ। ਇਹ ਬੁਢਾਪਾ, ਇਹ ਬੁਖਾਰ, ਬਿਮਾਰੀਆਂ ਅਤੇ ਲੜਾਈ ਝਗੜੇ ਆਦਿਕ ਇਹ ਇੱਕ ਨਿਯਮ ਦੇ ਤਹਿਤ ਆਉਂਦੇ ਨੇ, ਤੇ ਉਸ ਨਿਯਮ ਨੂੰ ਸਮਝੀਏ ਤੇ ਇਹ ਹਟ ਜਾਂਦੇ ਨੇ। ਜਰਾ ਮਰਾ ਤਾਪ ਸਿਰਤ, ਸਿਰਤ ਕਹਿੰਦੇ ਨੇ ਆਹ ਜਿਹੜੇ ਬੇਚੈਨੀ ਪਰੇਸ਼ਾਨੀ ਮਾਨਸਿਕ ਬਿਮਾਰੀਆਂ ਜਿਹੜੀਆਂ ਹੁੰਦੇ ਨੇ, ਜਰਾ ਮਰਾ ਤਾਪ ਸਿਰਤ ਸਾਪ, ਸਾਪ ਮੈਨੇ ਹੁੰਦਾ ਸਰਾਪ ਲੱਗਣਾ, ਇਹ ਕੁਛ ਵੀ ਨਹੀਂ ਹੈ, ਕੇਵਲ ਹੋਰ ਕਮਜ਼ੋਰ ਲੋਕਾਂ ਨੂੰ ਕਰਨ ਵਾਸਤੇ ਇਹ ਪੁਜਾਰੀਆਂ ਦਾ ਤਰੀਕਾ ਅਪਣਾਇਆ ਹੋਇਆ। ਸੋ ਇਹਨਾਂ ਦਾ ਡਰ ਹੈ ਆਪਣੇ ਮਨ ਚੋਂ ਕੱਢੋ। ਜਿਹੜਾ ਬੰਦਾ ਭੂਤਾਂ ਪ੍ਰੇਤਾਂ ਤੋਂ ਜਾਦੂ ਮੰਤਰਾਂ ਤੋਂ ਡਰੀ ਬੈਠਾ, ਕੱਲ ਨੂੰ ਉਹ ਕਹੇ ਮੈਂ ਦੇਸ਼ ਦੀ ਰਾਖੀ ਕਰਾਂਗਾ, ਬਾਰਡਰ ਤੇ ਜਾ ਕੇ ਲੜਾਂਗਾ, ਖੇ ਨਾਲੇ ਸਵਾ ਲੜੇਗਾ, ਉਹ ਤਾਂ ਆਪ ਹੀ ਇੰਨਾ ਡਰਪੋਕ ਹੈ, ਉਹ ਕੀ ਕਿਸੇ ਦੇਸ਼ ਦੀ ਰਾਖੀ ਕਰੇਗਾ, ਕੀ ਆਪਣੇ ਪਰਿਵਾਰ ਦੀ ਰਾਖੀ ਕਰੇਗਾ। ਉਹ ਤਾਂ ਜਾਦੂਆਂ ਨਾਲ ਚਾਹੁੰਦਾ ਕਿ ਮੇਰੀ ਕੋਈ ਹੋਰ ਸ਼ਕਤੀ ਆ ਕੇ ਘਰ ਦੀ ਰਾਖੀ ਕਰ ਦੇਵੇ, ਤੇ ਮੈਂ ਕਿਸੇ ਦਾ ਨੁਕਸਾਨ ਕਰ ਦੇਵਾਂ ਬਿਨਾਂ ਉਹਦਾ ਮੁਕਾਬਲਾ ਕੀਤੇ, ਤੇ ਬਿਨਾਂ ਕੋਈ ਹਥਿਆਰ ਚੁੱਕੇ, ਬਿਨਾਂ ਅਦਾਲਤ 'ਚ ਜਾਏ ਮੈਂ ਦੂਜੇ ਦਾ ਨੁਕਸਾਨ ਵੀ ਕਰ ਦੇਵਾਂ ਤੇ ਫਾਇਦਾ ਵੀ ਕੱਟ ਲਵਾਂ। ਇਹ ਜਾਦੂਗਰੀਆਂ ਪੁਰਾਣੇ ਸਮਿਆਂ ਦੀਆਂ ਮੂਰਖਤਾਵਾਂ ਸੀ, ਅੱਜ ਤਾਂ ਉਹ ਬੰਦੇ ਦੇ ਉੱਤੇ ਹੱਸਣਾ ਚਾਹੀਦਾ ਕਿ ਅਜੇ ਵੀ ਪੱਥਰ ਯੁੱਗ ਦੇ ਵਿੱਚ ਤੁਰਿਆ ਫਿਰਦਾ ਹੈ। ਚਲੋ ਜੀ, ਇਹ ਪ੍ਰੋਫੈਸਰ ਸਾਹਿਬ, ਇਹਨਾਂ ਤੇ ਤਾਂ ਚਲੋ ਹਾਸਾ ਆਉਣਾ ਲਾਜ਼ਮੀ ਹੈ। ਮੇਰੇ ਇੱਕ ਗੱਲ ਹੋਰ ਦਿਮਾਗ 'ਚ ਆਉਂਦੀ ਸੀਗੀ, ਸਿੰਘ ਰਾਜ ਵਾਲਾ ਪ੍ਰਭਦੀਪ ਤਾਂ ਕਹਿੰਦਾ ਹੁੰਦਾ, ਕਹਿੰਦਾ ਅਸੀਂ ਮਤਲਬ ਇਹ ਭਰਮ ਤਾਂ ਸਿੱਖ ਕੌਮ ਦੇ ਕੱਢ ਹੀ ਦਿੱਤੇ। ਪ੍ਰਭਦੀਪ ਦੇ ਲਈ ਸਵਾਲ ਆ ਭਾਈ, ਇਹ ਸਵਾਲ ਆ ਰਹੇ ਆ ਹਜੇ ਵੀ, ਹਜੇ ਕੌਮ ਦੇ ਵਿੱਚ ਤੁਹਾਡੀ ਜਿਹੜਾ ਪ੍ਰਚਾਰ ਹੈਗਾ ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਰਹੀ ਹੋਣੀ ਹੈ, ਹਨਾ? ਬਿਲਕੁਲ। ਹਾਂਜੀ, ਅਗਲਾ ਸਵਾਲ ਹੈ ਜੀ ਪ੍ਰੋਫੈਸਰ, 412 ਨੰਬਰ, ਇਹ ਰਾਮ ਸਿੰਘ ਰਸੂਲਪੁਰ ਜ਼ਿਲ੍ਹਾ ਲੁਧਿਆਣਾ ਤੋਂ ਹੈ ਜੀ। ਸਵਾਲ ਪਹਿਲਾਂ ਵੀ ਕਈ ਵਾਰੀ ਆ ਚੁੱਕਿਆ, ਘੁਮਾ ਫਰਾ ਕੇ ਸਵਾਲ ਉਹੀ ਹੈ ਪਰ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਪੁੱਛਿਆ ਜਾਂਦਾ। ਸਾਡੇ ਸਮਾਜ ਦੇ ਵਿੱਚ ਚਾਹੇ ਕੋਈ ਧਰਮ ਕੋਈ ਵੀ ਹੋਵੇ, ਜਿੱਥੇ ਅਸੀਂ ਰਹਿੰਦੇ ਹਾਂ ਇਹਦੇ ਵਿੱਚ ਅਸੀਂ ਦੇਖਿਆ ਹੈ, ਇੱਕ ਤਾਂ ਇਸ ਧਰਤੀ ਨੂੰ ਲੋਕ ਜਾਣਦੇ ਆ ਜਿੱਥੇ ਅਸੀਂ ਰਹਿੰਦੇ ਹਾਂ, ਸਾਡਾ ਪਿੰਡ ਹੈ, ਸਾਡਾ ਸ਼ਹਿਰ ਹੈ, ਇੱਕ ਦਰਗਾਹ ਵੱਖਰਾ ਨਾਮ ਦਿੱਤਾ ਜਾਂਦਾ ਵੀ ਕੋਈ ਦਰਗਾਹ ਹੈਗੀ ਆ ਜਿੱਥੇ ਕੋਈ ਰੱਬ ਰਹਿੰਦਾ ਜਾਂ ਕੋਈ ਧਰਮ ਰਾਜ ਬੈਠਾ ਹੈ, ਉਹ ਪਤਾ ਨੀ ਕੀ ਹੈ ਕੀ ਨਹੀਂ। ਉਹ ਪੁੱਛਦੇ ਆ ਜੀ ਉਹ ਦਰਗਾਹ ਕੀ ਹੈ, ਕਿੱਥੇ ਹੈ, ਕੀ ਕੁਛ ਹੈਗੀ ਆ, ਗੁਰਬਾਣੀ ਦੇ ਵਿੱਚ ਦਰਗਾਹ ਦੇ ਬਾਰੇ ਕੀ ਜ਼ਿਕਰ ਆਉਂਦਾ? ਪਹਿਲੀ ਗੱਲ ਤਾਂ ਜਿਹੜੀਆਂ ਪ੍ਰਚਲਿਤ ਲੋਕਾਂ ਦੇ ਵਿੱਚ ਬੋਲਚਾਲ ਹੁੰਦੀ ਹੈ, ਪਰੰਪਰਾਵਾਂ ਹੁੰਦੀਆਂ ਨੇ ਜਾਂ ਮੁਹਾਵਰੇ ਹੁੰਦੇ ਨੇ, ਬੁਝਾਰਤਾਂ ਹੁੰਦੀਆਂ ਨੇ, ਅਖਾਣ ਹੁੰਦੇ ਨੇ, ਉਹਨਾਂ ਦੀ ਵਰਤੋਂ ਕਰਕੇ
अपने स्रोतियां नूं अपने सेवकां नूं कोई गल समझाउण दे इह ढंग तरीके हुंदे ने। दरगाह शब्द है सचमुच आकाश दे विच किते भी नहीं है, इत्थे धरती दे उत्ते राजिआं ने अपने जिहड़े इंसाफ करन दीआं अदालतां पुराने समें च बणाईआं सी उहनूं भी उह दरगाह कहिंदे सी, भाव के रब नाल जोड़ के ਉਹ ਆਪ ਜਿਹੜਾ ਫੈਸਲਾ ਕਰਦੇ ਸੀ ਜਾਂ ਆਪਣੇ ਸੇਵਕਾਂ ਤੋਂ ਕਰਾਉਂਦੇ ਸੀ ਉਹਨੂੰ ਵੀ ਉਹ ਰੱਬ ਦਾ ਫੈਸਲਾ ਕਹਿੰਦੇ ਸੀ, ਕਿਉਂਕਿ ਪੁਜਾਰੀ ਤਬਕੇ ਨੇ ਰਾਜੇ ਨੂੰ ਰੱਬ ਦਾ ਦੂਤ ਐਲਾਨ ਕੀਤਾ ਹੋਇਆ ਸੀ। ਤੇ ਇਸ ਤਰ੍ਹਾਂ ਇਹਦੀ ਰੀਸ ਕਰਕੇ ਬਹੁਤ ਸਾਰੇ ਮੁਸਲਮਾਨ ਜਿਹੜੇ ਮੌਲਵੀ ਸੀ ਵੱਡੇ ਦਰਜੇ ਦੇ, ਉਹਨਾਂ ਨੇ ਆਪਣੀਆਂ ਕਬਰਾਂ ਨੂੰ ਆਪਣੀਆਂ ਪੂਜਣ ਯੋਗ ਥਾਵਾਂ ਨੂੰ ਇਹਨਾਂ ਨਾਵਾਂ ਨਾਲ ਜੋੜ ਦਿੱਤਾ ਕਿ ਫਲਾਣੇ ਪੀਰ ਦੀ ਦਰਗਾਹ ਹੈ, ਤੇ ਉਹ ਦਰਗਾਹਾਂ ਇਸ ਤਰ੍ਹਾਂ ਥਾਂ ਥਾਂ ਤੇ ਕਬਰਾਂ ਨੂੰ ਵੀ ਕਹਿਣ ਲੱਗ ਪਏ ਤੇ ਵਧੀਆ ਨਾ ਹੋਣ ਕਰਕੇ, ਤੇ ਉਸ ਜਿਹੜਾ ਪੀਰ ਫਕੀਰ ਹੈ ਉਹਦੀਆਂ ਮੋਮੋ ਠਗਣੀਆਂ 'ਚ ਆ ਕੇ ਲੋਕੀ ਉੱਥੇ ਵੀ ਮੱਥੇ ਟੇਕਣ ਲੱਗ ਪਏ। ਪੰਜਾਬ ਦੇ ਵਿੱਚ ਇਹਨਾਂ ਦਰਗਾਹਾਂ ਦੇ ਉੱਤੇ ਮੱਥੇ ਤਾਂ ਟਿਕਦੇ ਟਿਕਦੇ ਨੇ, ਕਰੋੜਾਂ ਅਰਬਾਂ ਰੁਪਈਆ ਤਾਂ ਚੜ੍ਹਦਾ ਹੀ ਚੜ੍ਹਦਾ ਹੈ, ਸ਼ਰਾਬ ਦੀਆਂ ਪੇਟੀਆਂ ਵੀ ਚੜ੍ਹਦੀਆਂ ਨੇ, ਤੇ ਜਿਹੜਾ ਗੁਰਦਾਸ ਮਾਨ ਵਰਗੇ ਵੱਡੇ ਵੱਡੇ ਕਲਾਕਾਰ ਉੱਥੇ ਨੱਚਦੇ ਨੇ ਗਾਉਂਦੇ ਨੇ, ਪੀਰਾਂ ਦੇ ਹੱਕ ਵਿੱਚ ਉੱਥੇ ਗੀਤ ਗਾਉਂਦੇ ਨੇ, ਤੇ ਹੁਣ ਤਾਂ ਮਾਨ ਜੀ ਇੱਕ ਦਰਗਾਹ ਦੇ ਆਪ ਮਾਲਕ ਵੀ ਬਣ ਗਏ, ਪ੍ਰਧਾਨਗੀ ਵੀ ਮਿਲ ਗਈ ਉਹਨਾਂ ਨੂੰ, ਅਖਬਾਰਾਂ 'ਚ ਚਰਚਾ ਕਾਫੀ ਆ ਚੁੱਕੀ ਹੋਈ ਹੈ, ਇੱਥੇ ਇਨਕਮ ਦਾ ਬਹੁਤ ਸਾਧਨ ਹੈ। ਇਹਦਾ ਨਾਮ ਤਾਂ ਤੁਸੀਂ ਰੱਬ ਵੀ ਰੱਖ ਲਓ, ਰੱਬ ਦਾ ਘਰ ਵੀ ਰੱਖ ਲਓ, ਸੱਚਖੰਡ ਵੀ ਰੱਖ ਲਓ, ਮਸਲਾ ਹੈ ਇਨਕਮ ਦਾ। ਦਰਗਾਹ ਇੱਕ ਵਧੀਆ ਜਿਹਾ ਨਾਮ ਇਹਨਾਂ ਨੇ ਕਬਰ ਦਾ ਰੱਖਿਆ ਹੋਇਆ ਹੈ, ਉੱਪਰ ਆਕਾਸ਼ ਦੇ ਵਿੱਚ ਕੋਈ ਦਰਗਾਹ ਨਹੀਂ ਹੈ। ਇੱਥੋਂ ਤੱਕ ਦਰਗਾਹ ਅਤੇ ਧਰਮਸਾਲ ਤਕਰੀਬਨ ਮਿਲਦਾ ਜੁਲਦਾ ਸ਼ਬਦ ਹੈ। ਗੁਰੂ ਸਾਹਿਬ ਨੇ ਧਰਤੀ ਨੂੰ ਧਰਮਸਾਲ ਆਖਿਆ, ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇੱਥੇ ਤਾਂ ਗੁਰੂ ਸਾਹਿਬ ਨੇ ਕਿਹਾ ਇਹ ਧਰਤੀ ਨੂੰ ਧਰਮਸਾਲ ਦਾ ਰੂਪ ਦੇਣਾ, ਆਪਾਂ ਨੇ ਇਸੇ ਨੂੰ ਦਰਗਾਹ ਬਣਾਉਣਾ, ਇੱਥੋਂ ਪਾਪ ਕਰਮ ਦੁਸ਼ਟ ਕਰਮ ਚੋਰੀਆਂ ਠੱਗੀਆਂ ਕਤਲੋ ਗਾਰਤ ਗੁਲਾਮੀ ਅਤੇ ਹੋਰ ਜਿਹੜੇ ਵਹਿਮ ਭਰਮ ਨੇ ਉਹ ਖਤਮ ਕਰਕੇ ਧਰਤੀ ਨੂੰ ਰਹਿਣ ਯੋਗੀ ਚੰਗੀ ਬਣਾਉਣਾ। ਜਿਵੇਂ ਆਪਾਂ ਆਪਣੇ ਘਰ ਜਾ ਕੇ ਕਹਿ ਦਿੰਦੇ ਹਾਂ ਜੇ ਮੈਨੂੰ ਇਹ ਘਰ ਦੇ ਵਿੱਚ ਤਾਂ ਮੈਨੂੰ ਆ ਕੇ ਸਵਰਗ ਮਿਲ ਗਿਆ, ਬਾਹਰ ਮੈਂ ਬੜੇ ਮੁਸ਼ਕਲਾਂ ਚੋਂ ਦੀ ਲੰਘ ਕੇ ਆਇਆ, ਮੇਰੇ ਵਿਰੋਧੀ ਸੀ, ਲੜਾਈਆਂ ਹੋਈਆਂ ਨੇ, ਡਿਊਟੀ ਔਖੀ ਸੀ ਮੇਰੀ, ਕਈ ਕੁਝ ਗੱਲਾਂ ਕਰਕੇ ਘਰ 'ਚ ਪਰਿਵਾਰ 'ਚ ਹੱਸ ਕੇ ਖੇਡ ਕੇ ਅਸੀਂ ਕਹਿੰਦੇ ਹਾਂ ਬਹੁਤ ਆਨੰਦ ਆ ਗਿਆ, ਘਰ ਤਾਂ ਮੈਨੂੰ ਇਉਂ ਲੱਗਦਾ ਮੇਰਾ ਸਵਰਗ ਹੈ ਇਹ ਘਰ। ਇਸ ਤਰ੍ਹਾਂ ਰਵਿਦਾਸ ਜੀ ਇੱਥੋਂ ਤਾਂ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਓ, ਇਹ ਧਰਤੀ ਹੀ ਸਾਡਾ ਬੇਗਮਪੁਰਾ ਹੈ, ਦੁੱਖ ਅੰਦੋ ਨਹੀਂ ਤੈ ਠਾਓ, ਇੱਥੇ ਉਹ ਬੇਗਮਪੁਰਾ ਹੈ ਜਿੱਥੇ ਕੋਈ ਦੁੱਖ ਆਦਿਕ ਨਾ ਹੋਵੇ, ਗੁਲਾਮੀ ਨਾ ਹੋਵੇ, ਬਿਮਾਰੀਆਂ ਨਾ ਹੋਣ। ਧਰਤੀ ਦੇ ਉੱਤੋਂ ਚੁੱਕ ਕੇ ਆਕਾਸ਼ 'ਚ ਲੈ ਗਿਆ ਪੁਜਾਰੀ ਤਬਕਾ, ਤੋਂ ਸਾਰਾ ਕੁਝ ਧਰਤੀ ਦੇ ਉੱਤੇ ਇਹ ਦਰਗਾਹ ਹੈ ਜਿਹੜੀ ਸੱਚਖੰਡ ਹੈ ਜਿਹੜਾ ਇਹ ਧਰਤੀ ਦੇ ਉੱਤੇ ਆਪਾਂ ਪੈਦਾ ਕਰਨਾ ਹੈ, ਬਣਾਉਣਾ ਹੈ, ਤੇ ਇਸੇ ਨੂੰ ਇੱਥੇ ਲਾਗੂ ਕਰਨਾ ਹੈ ਚੰਗੇ ਨਿਯਮਾਂ ਨੂੰ। ਭਾਵੇਂ ਭਾਰਤ ਦੀ ਸੁਪਰੀਮ ਕੋਰਟ ਹੈ, ਹਾਈ ਕੋਰਟਾਂ ਨੇ, ਭਾਵੇਂ ਭਾਰਤ ਦੀ ਸਰਕਾਰ ਹੈ, ਸੂਬਿਆਂ ਦੀਆਂ ਸਰਕਾਰਾਂ ਨੇ, ਜਿੰਨੀ ਆਪੋ ਆਪਣੀ ਡਿਊਟੀ ਬਣਦੀ ਹੈ ਅਫਸਰਾਂ ਦੀ ਅਤੇ ਬਾਕੀ ਸਾਡੇ ਵਰਗੇ ਹੋਰ ਲੋਕਾਂ ਦੀ ਆਪਣੀ ਡਿਊਟੀ ਦਿਆਨਤਦਾਰੀ ਨਾਲ ਇਮਾਨਦਾਰੀ ਨਾਲ ਨਿਭਾਉਣ, ਲੋਕਾਂ ਨਾਲ ਇਨਸਾਫ ਕਰਨ, ਇਹ ਸਾਰੀ ਧਰਤੀ ਸਾਡੀ ਫਿਰ ਧਰਮਸਾਲ ਜਾਂ ਇੱਥੇ ਦਰਗਾਹ ਬਣ ਜਾਣੀ ਹੈ। ਪੱਛਮੀ ਮੁਲਕ ਅਮਰੀਕਾ, ਕੈਨੇਡਾ, ਇੰਗਲੈਂਡ, ਫਰਾਂਸ ਇਹ ਦਰਗਾਹਾਂ ਬਣਾ ਚੁੱਕੇ ਹੋਏ ਨੇ, ਆਕਾਸ਼ ਦੇ ਵਿੱਚ ਦਰਗਾਹਾਂ ਉਹਨਾਂ ਨੇ ਭੁਲਾ ਦਿੱਤੀਆਂ, ਧਰਤੀ ਦੇ ਉੱਤੇ ਲੈ ਆਉਂਦੀਆਂ ਨੇ। ਕੁਝ ਕੁ ਦੇਸ਼ ਤਾਂ ਇਹੋ ਜਿਹੇ ਨੇ ਉਹਨਾਂ ਦੇ ਵਿੱਚ ਜੇਲ੍ਹਾਂ ਵੀ ਖਤਮ ਹੋ ਚੁੱਕੀਆਂ ਨੇ, ਕੋਈ ਬੰਦਾ ਕੈਦੀ ਵੀ ਨਹੀਂ ਰਿਹਾ, ਇਹੋ ਜਿਹੇ ਦੇਸ਼ ਵੀ ਕੁਝ ਹੈਗੇ ਨੇ। ਆਪਾਂ ਉੱਪਰਲੀਆਂ ਇਹ ਦਰਗਾਹਾਂ ਦਾ ਜਿਤਨੀ ਦੇਰ ਤੱਕ ਮਨ 'ਚ ਭਰਮ ਪਾਲੀ ਰੱਖਾਂਗੇ ਉਤਨੀ ਦੇਰ ਤੱਕ ਧਰਤੀ ਦੇ ਉੱਤੇ ਸੁਧਾਰ ਨਹੀਂ ਹੋਣਾ। ਕੋਸ਼ਿਸ਼ ਕਰੀਏ, ਆਪਣੀ ਜ਼ਿੰਮੇਵਾਰੀ ਨਿਭਾਈਏ, ਇਹ ਉੱਪਰਲੀ ਦਰਗਾਹ ਝੂਠ ਹੈ, ਇਹ ਕੋਈ ਨਹੀਂ ਹੁੰਦੀ। ਧਰਤੀ ਨੂੰ ਹੀ ਦਰਗਾਹ, ਸੱਚਖੰਡ ਅਤੇ ਧਰਮਸਾਲ ਬਣਾਉਣ ਵਾਸਤੇ ਗੁਰੂ ਸਾਹਿਬ ਨੇ ਬੇਮੁੱਲੇ ਯਤਨ ਕੀਤੇ ਨੇ, ਉਪਰਾਲੇ ਕੀਤੇ। ਹਾਂਜੀ ਹਾਂਜੀ ਪ੍ਰੋਫੈਸਰ ਸਾਹਿਬ, ਇੱਕ ਗੱਲ ਮੇਰੇ ਦਿਮਾਗ ਦੇ ਵਿੱਚ ਆਉਂਦੀ ਹੈ। ਮੈਂ ਅੱਜ ਪੰਜ ਸਵਾਲ ਜਿਹੜੇ ਆਪਾਂ ਵਿਚਾਰਨੇ ਆ ਉਹ ਪੰਜੇ ਨੋਟ ਕੀਤੇ ਆ। ਮੈਨੂੰ 100% ਲੱਗਦਾ ਵੀ ਜਿੰਨੇ ਸਵਾਲ ਅੱਜ ਇਸ ਤੋਂ ਰਿਲੇਟਡ ਆਏ ਆ, ਕੀਤਾ ਕਿਰਾਇਆ ਟੂਣੇ ਦੀ ਗੱਲ ਹੋਈ ਆ ਜਾਂ ਦਰਗਾਹ ਦੀ ਆਪਾਂ ਗੱਲ ਕੀਤੀ ਆ, ਅੱਗੇ ਵੀ 3 ਸਵਾਲ ਆਪਾਂ ਜਿਹੜੇ ਹੈਗੇ ਆ ਲੈਣੇ ਆ। ਜਾਗਰੂਕ ਪ੍ਰਚਾਰਕਾਂ ਨੇ ਸਭ ਤੋਂ ਵੱਧ ਡਟ ਕੇ ਇਹਨਾਂ ਗੱਲਾਂ ਤੇ ਪ੍ਰਚਾਰ ਕੀਤਾ। ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੇ ਦਰਗਾਹ ਦੇ ਉੱਤੇ ਅੱਜ ਸਾਡੇ ਬੰਦਿਆਂ ਦੇ ਮਨਾਂ ਦੇ ਵਿੱਚ ਸਵਾਲ ਆ ਰਹੇ ਆ ਉਹ ਪੁਜਾਰੀਵਾਦ ਵਾਲੀ ਨਾਲੋਂ ਤਾਂ ਤੋੜਿਆ ਇਹਨਾਂ ਨੇ, ਪਰ ਕਿਤੇ ਨਾ ਕਿਤੇ ਰੱਖਿਆ ਉੱਥੇ ਹੀ ਹੈ। ਇਸ ਕਰਕੇ ਜਿਹੜੇ ਸਵਾਲ ਹੈਗੇ ਆ ਉਹ ਸ਼ਾਇਦ ਲੋਕਾਂ ਦੇ ਦਿਮਾਗ ਦੇ ਵਿੱਚ ਆ ਰਹੇ, ਕਿਉਂਕਿ ਗੁਰਬਾਣੀ ਦੇ ਜਿਹੜੇ ਅਰਥ ਹੈਗੇ ਆ ਉਹ ਥੋੜੇ ਜਿਹੇ ਵੱਖਰੇ ਤਰੀਕੇ ਦੇ ਨਾਲ ਕੀਤੇ ਉਹੀ ਜਾ ਰਹੇ ਆ ਜੋ ਪਹਿਲਾਂ ਸੰਪਰਦਾਵਾਂ ਵੱਲੋਂ, ਟਕਸਾਲ ਵੱਲੋਂ, ਬਾਬਿਆਂ ਵੱਲੋਂ ਕੀਤੇ ਜਾ ਰਹੇ ਸੀ। ਤਾਂ ਇੱਕ ਸੁਭਾਵਿਕ ਕਾਰਨ ਬਣਦਾ ਇਹਦਾ ਵੀ ਇਹ ਸਵਾਲ ਜਿਹੜੇ ਹੈਗੇ ਆ ਆਉਣੇ ਲਾਜ਼ਮੀ ਬਣ ਜਾਂਦੇ ਆ। ਬਿਲਕੁਲ
हाँ जी, अगला जिहड़ा सवाल हैगा जी सतविंदर सिंह जगराओं तो है जी, उन्हां दा सवाल फिर आपां गल कीती है भी प्रचारकां दी जिहड़ी हेराफेरी हैगी है मन दे अंदर उहदे करके इदां दे सवाल आउणे लाजमी है। अरदास कहिंदे आ किहदे अगे करनी चाहीदी है, क्योंकि जे प्रचारकां ने जागरूक मशीनरियां ने वधिया रोल निभाया हुंदा तां शायद इह सवाल अज तक रहिणे नहीं सी चाहीदे। तो पुछना चाहुंदे आप जी नूं भी अरदास किहदे अगे सानूं करनी चाहीदी है, की कंसैप्ट की है अरदास दा, की अर्थ की बणदे आ अरदास दे, क्यों करदे आ? पहली गल तो यह है जी, जे कि अरदास नाल सारे काम होने होंगे तो गुरु नानक साहब आ रहे बाबर की फौज के विरुद्ध ते बाबर बादशाह के विरुद्ध आराम नाल किसे जिहड़ी सुरक्षित थां दे उत्ते खलो के अरदास कर दिंदे ते मार काट ना हुंदी ते बाबर वापस चला जांदा। अरदास नाल इह काम चला जाना सी ते गुरु नानक साहब नूं जिन सिर सोहन पट्टियां मांगी पाए संधूर सिर सिर काती मुनियन गल विच आवै धूल। यह जी कतलो गारत गुरु नानक साहब ने आप वेखी है बयान की है गुरबाणी च, यह फिर एडा वड्डा घलूघारा ना वापरदा जे किते अरदास नाल सारे काम संवरने हुंदे तां। तां इस तरह इदू पहलां भी भारत के उत्ते हमलावर बहुत सारे आए, किते मुहम्मद गौरी, किते महमूद गजनवी, किते तमूर लंग, किते जिहड़े बाहर दे हमलावर आए ने, वह सारे दे सारे फिर ना आउंदे जे किसी अरदास नाल टलियां खड़काउण नाल थोड़ा बहुता मंत्र जाप करन दे नाल जे किते देशवासियां नूं मुक्ति मिलदी हुंदी। ये जदों डरे हुए लोग होंगे ने मुकाबला नहीं कर सकते होंगे उदों अरदासां दा सहारा लैके बह जांदे ने। इत्थों तक तुसीं वेखो भारत दे विच अज तक लखां नौजवान शायद करोड़ां च भी गिणती होवे अज तक घरां दीआं समाज दीआं जिम्मेवारियां छड्ड के जंगलां दे विच नंगे हो के साध बन के ਉਹ ਆਪਣੀ ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਚੁੱਕੇ ਹੋਏ ਨੇ। ਉਹਨਾਂ ਨੂੰ ਦੇਸ਼ ਦੇ ਨਾਲ ਕੋਈ ਸਰੋਕਾਰ ਨਹੀਂ। ਉਹ ਸਮਝਦੇ ਨੇ ਕਿ ਇਹ ਜਿਹੜਾ ਜਨਮ ਹੈ ਇਹ ਤਾਂ ਬੇਕਾਰ ਗਿਆ, ਅਸੀਂ ਅਗਲਾ ਜਨਮ ਸਮਾਰ ਲਈਏ, ਭਾਵ ਕਿ ਇਸ ਜਨਮ ਦੇ ਵਿੱਚ ਉਹ ਦੁੱਖਾਂ ਤਕਲੀਫਾਂ ਨਾਲ ਜ਼ਾਲਮ ਸਰਕਾਰਾਂ ਨਾਲ ਮੁਕਾਬਲਾ ਕਰਨ ਦੀ ਹਿੰਮਤ ਗੁਆ ਬੈਠੇ ਨੇ ਤੇ ਸਮਾਜ ਤੋਂ ਟੁੱਟ ਕੇ ਜੰਗਲਾਂ 'ਚ ਲੁੱਕ ਕੇ ਬਹਿ ਗਏ ਹੋਏ ਨੇ। ਤੇ ਗੁਰੂ ਨਾਨਕ ਸਾਹਿਬ ਜੰਗਲਾਂ 'ਚੋਂ ਕੱਢ ਕੇ ਮੈਦਾਨ 'ਚ ਲਿਆਂਦਾ ਕਿ ਇਸ ਹਾਲਾਤ ਨਾਲ ਟੱਕਰ ਲਓ ਤੁਸੀਂ। ਤਾਂ ਇਸ ਤਰ੍ਹਾਂ ਅਰਦਾਸ ਦੀ ਮੈਂ ਅੱਗੇ ਗੱਲ ਕਰਾਂ। ਅਰਦਾਸ ਸੀ ਇੱਕ ਨਿਯਮ ਕਿ ਅਸੀਂ ਆਪਣੇ ਦਿਮਾਗ ਨੂੰ ਆਪਣੇ ਮਨ ਨੂੰ ਤਿਆਰ ਕਰਨਾ ਹੈ ਕਿ ਆਹ ਕੰਮ ਮੈਂ ਕਰਨਾ ਹੀ ਕਰਨਾ, ਭਾਵੇਂ ਮੇਰੀ ਜਾਨ ਲੇਖੇ ਲੱਗ ਜਾਵੇ। ਮੈਂ ਅੱਜ ਪਰਣ ਕਰਨਾ ਕਿ ਇਹ ਕੰਮ ਮੈਂ ਪੂਰ ਚੜ੍ਹਨ ਤੱਕ ਲਗਾਤਾਰ ਮਿਹਨਤ ਕਰਾਂਗਾ। ਸਾਨੂੰ ਫੌਜ ਦੇ ਵਿੱਚ ਅੱਜ ਤੱਕ, ਮੈਂ ਫੌਜ 'ਚ ਆਪ ਰਹਿ ਕੇ ਆਇਆ ਤੇ ਜਿਹੜੇ ਫੌਜੀ ਨੇ ਅੱਜ ਵੀ ਪੁੱਛ ਲਿਓ, ਉਹਨਾਂ ਨੂੰ ਕਸਮ ਚੁਕਾਈ ਜਾਂਦੀ ਆ ਫੌਜੀਆਂ ਨੂੰ ਜਦੋਂ ਉਹਨਾਂ ਦੀ ਸਿਖਲਾਈ ਪੂਰੀ ਹੋ ਜਾਂਦੀ ਹੈ। ਉਹਨੂੰ ਉਹਨਾਂ ਦੇ ਧਰਮ ਪੁਸਤਕ ਤੇ ਹੱਥ ਰੱਖ ਕੇ, ਜਿਵੇਂ ਸਾਡੇ ਸਿੱਖਾਂ ਦੇ ਵਿੱਚ ਸੁਖਮਨੀ ਸਾਹਿਬ ਦਾ ਗੁਟਕਾ ਲਿਆਉਂਦੇ ਨੇ, ਮੁਸਲਮਾਨਾਂ 'ਚ ਕੁਰਾਨ ਦੀ ਪੋਥੀ ਲਿਆਉਂਦੇ ਨੇ, ਹਿੰਦੂਆਂ 'ਚ ਗੀਤਾ ਲਿਆਉਂਦੇ ਨੇ, ਉਹ ਆਪਣੀ ਧਰਮ ਪੋਥੀ ਤੇ ਹੱਥ ਰੱਖ ਕੇ ਕਸਮ। ਸਾਹਿਬ ਖਰਾ ਨਾਲੋਂ ਸੰਪਰਕ ਜਿਹੜਾ ਸੀ ਆਪਣਾ ਟੁੱਟ ਗਿਆ ਸੀਗਾ। ਸਵਾਲ ਦਾ ਆਪਾਂ 413 ਨੰਬਰ ਸਵਾਲ ਦਾ ਜਿਹੜਾ ਸੀਗਾ ਜਵਾਬ ਆਪਾਂ ਲੈ ਰਹੇ ਸੀਗੇ। ਅਰਦਾਸ ਦੇ ਨਾਲ ਰਿਲੇਟਡ ਕੁਐਸਚਨ ਸੀਗਾ ਜਿਹਦੇ ਬਾਰੇ ਪ੍ਰੋਫੈਸਰ ਸਾਹਿਬ ਤੁਹਾਡੀ ਗੱਲਬਾਤ ਜਿਹੜੀ ਸੀਗੀ, ਅਰਦਾਸ ਜਿਹੜੀ ਹੈਗੀ ਆ ਆਪਣੇ ਆਪ ਨਾਲ ਸਾਨੂੰ ਜੋੜਦੀ ਹੈ, ਬੰਦਾ ਆਪਣੇ ਆਪ ਨਾਲ ਕਮਿਟਮੈਂਟ ਕਰਦਾ ਵੀ ਮੈਂ ਆ ਕੰਮ ਇੰਨੇ ਟਾਈਮ ਦੇ ਵਿੱਚ ਕਰਨਾ ਤਾਂ ਉਹ ਕਰਨਾ ਹੈ। ਇੱਥੋਂ ਤੱਕ ਸਾਡੀ ਗੱਲਬਾਤ ਜਿਹੜੀ ਸੀਗੀ ਉਹ ਹੋ ਚੁੱਕੀ ਹੈ ਜੀ। ਉਸ ਤੋਂ ਅੱਗੇ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ। ਹਾਂਜੀ, ਸਾਨੂੰ ਪਰਣ ਕਰਾਉਣ ਵਾਸਤੇ ਤਰੀਕੇ ਨੇ ਸਾਰੇ ਧਰਮਾਂ ਦੇ ਵਿੱਚ। ਮਨੁੱਖ ਦੇ ਉੱਤੇ ਮਾਨਸਿਕ ਤੌਰ ਉੱਤੇ ਇਹ ਪ੍ਰਭਾਵ ਪਾਉਣ ਨੂੰ ਹੁੰਦਾ ਕਿ ਮੈਂ ਕਿਸੇ ਧਰਮ ਦੇ ਅੱਗੇ ਧਰਮ ਦੀ ਪੋਥੀ ਹੱਥ 'ਚ ਲੈ ਕੇ ਜਾਂ ਆਪਣੇ ਰੱਬ ਖੁਦਾ ਅੱਲਾ ਦੇ ਅੱਗੇ ਰਾਮ ਦੇ ਅੱਗੇ ਮੈਂ ਅੱਜ ਪਰਣ ਕਰਦਾ ਹਾਂ ਕਿ ਜਿਹੜਾ ਮੈਂ ਵਚਨ ਦੇ ਰਿਹਾ ਇਹਨੂੰ ਮੈਂ ਅੰਤਲੇ ਸਵਾਸ ਤੱਕ ਪੂਰਾ ਕਰਨ ਦੇ ਵਿੱਚ ਪੂਰੀ ਵਾਹ ਲਾ ਦਿਆਂਗਾ, ਭਾਵੇਂ ਮੇਰੀ ਜਾਨ ਚਲੀ ਜਾਵੇ, ਪਰ ਅੱਜ ਦੇ ਪਰਣ ਨੂੰ ਮੈਂ ਤੋੜਾਂਗਾ ਨਹੀਂ, ਇਹਨੂੰ ਨਿਭਾਵਾਂਗਾ। ਤੋ ਇਸ ਤਰ੍ਹਾਂ ਫੌਜ ਵਿੱਚ ਵੀ ਕਸਮਾਂ ਚੁਕਾਈਆਂ ਜਾਂਦੀਆਂ ਨੇ, ਉਹਨਾਂ ਨੂੰ ਧਰਮ ਪੁਸਤਕਾਂ ਤੇ ਹੱਥ ਰਖਵਾ ਕੇ ਆਪਣੇ ਦੇਸ਼ ਦੀ ਰਾਖੀ ਵਾਸਤੇ ਸਹੁੰ ਖਵਾਈ ਜਾਂਦੀ ਹੈ ਤਾਂ ਕਿ ਉਹ ਲੋਕ ਫਿਰ ਪਰਣ ਦੇ ਉੱਤੇ ਬਹੁਤ ਹੱਦ ਤੱਕ ਪੱਕੇ ਬਣੇ ਰਹਿਣ। ਅਦਾਲਤਾਂ ਦੇ ਵਿੱਚ ਜੱਜ ਜਦੋਂ ਸਹੁੰਾਂ ਚੁੱਕਦੇ ਨੇ ਆਪਣੇ ਅਹੁਦੇ ਦੀਆਂ, ਉਦੋਂ ਵੀ ਉਹਨਾਂ ਨੂੰ ਇਸ ਤਰ੍ਹਾਂ ਪਰਣ ਕਰਵਾਇਆ ਜਾਂਦਾ ਹੈ। ਪਾਰਲੀਮੈਂਟ ਦੇ ਵਿੱਚ, ਵਿਧਾਨ ਸਭਾਵਾਂ ਦੇ ਵਿੱਚ ਜਾਂ ਹੋਰ ਜਿਹੜੇ ਵੱਡੇ ਅਹੁਦੇ ਨੇ ਉਹਨਾਂ ਦੇ ਵਾਸਤੇ ਇਹ ਕਸਮ ਖਵਾਈ ਜਾਂਦੀ ਹੈ। ਪਿੰਡਾਂ ਦੇ ਵਿੱਚ ਵੀ ਜਦੋਂ ਕੋਈ ਘਟਨਾ ਵਾਪਰਦੀ ਹੈ ਆਮ ਤੌਰ ਤੇ ਇਹ ਕੰਮ ਕੀਤਾ ਜਾਂ ਨਹੀਂ ਕੀਤਾ, ਆਪਣੀ ਧੀ ਦੇ ਸਿਰ ਦੇ ਉੱਤੇ ਹੱਥ ਰੱਖ ਕੇ, ਕਿਤੇ ਗਊ ਦੇ ਸਹੁੰ ਖਾ ਕੇ, ਇਹ ਬਹੁਤ ਸਾਰੀਆਂ ਗੱਲਾਂ ਮਾਨਸਿਕ ਤੌਰ ਤੇ ਬੰਦੇ ਨੂੰ ਤਕੜਾ ਕਰਨ ਨੂੰ ਜਾਂ ਉਹਨੂੰ ਸੱਚ ਬੋਲਣ ਵਾਸਤੇ ਤਿਆਰ ਕਰਨ ਨੂੰ ਇਹ ਤਰੀਕੇ ਅਪਣਾਏ ਜਾਂਦੇ ਨੇ। ਉਂਝ ਕਸਮ ਦਾ ਜਿਹੜਾ ਅਰਦਾਸ ਦਾ
अपने आप दे विच कोई महत्व नहीं है, वह बंदे नूं मानसिक तौर पर तैयार करन दा एक पुराने समय च ढंग सी तरीका सी। ते जे आपां कह दईए भी अरदास करन नाल सारा कुछ हो जांदा, ये कदी नहीं हुंदा, ये तां कम असी आप करने हुंदे ने। जे जंग युद्ध विच असी चले आ किसे पासे तां प्रण करके ये जाना कि मैं अपने आप नूं तैयार कर लिया मानसिक तौर पर, भावें किड्डा वड्डा मैनूं खतरा भी झलना पवे, मैं इस असूल ते पक्का रहांगा, अपने लोगों की राखी करांगा। जिस अहुदे दे उत्ते मैं बैठा, मेरी ड्यूटी लगी है, भावें किन्नियां मुसीबतां आउण, मैनूं कोई रिश्वत देवे, कोई होर सिफारिश करे, पर मैं सच ते आधारित सही फैसला करांगा, किसी के दबाव थले नहीं आवांगा। तो यह जिहड़ी अरदास है, यह रब अगे रब का नाम लैके की जाती है, पर रब इहो जिहा अरदासां सुनण वाला शरीरधारी रब किते नहीं है। जे किते रब ने जो कोई फैसला फर्ज करो कर ही लिया, तो फिर वह साडे आके अपने फैसले को बदलेगा क्यों? जिहड़ा कुछ उहनूं चंगा लगता है वह करेगा। इत्थे असीं की करदे आ कई वारी तां भी जिहड़ा कुछ रब ने कर दिता वह तां हो गया गलत, पर हुण रब तों असीं अरदास करके अपना फैसला बदली करवा लईए कि रब जी तुसीं बहुत गलतियां करी जाने हो, ते जिहड़ा कुछ असीं चाहुंदे आ तुसीं उह करो, तुसीं अपनी मर्जी ना करो, जाणी कि आप रब बन के बहिण दा यतन करदे आ। ते तुसीं देख लो गुरुद्वारियां च जिहड़े भाई जी अरदासां करदे ने उह आप दूजिआं तों कुछ पैसे लैंदे ने ते अगले दी मानता पूरी होण दी अरदास कर दिंदे ने। वह अरदास पूरी होवे चाहे ना होवे, उहनां दे बोझे च दो पैसे पै गए ने। तो यह एक सानू उलझाया होया है, जे सचमुच की अरदास करनी है तां अपने आप नाल करनी है कि अज तो बाद मैं इस राह ते सदा अडिग अडोल रह के पहरा देवांगा, जिंदगी इस ढंग की वधिया जीवांगा, मैं किसी के दबाव थले नहीं आवांगा। इस तरह प्रण करके अपने मन नूं अपने दिमाग नूं तैयार करना है, ना कि बाहरों कोई शक्ति आके साडी इस तरह की सहायता नहीं कर। जी जी बिल्कुल, श्रोते इस गल नूं पूरे ध्यान दे नाल समझो, तुसीं अरदास असीं बिल्कुल अपने आप दे नाल ही करनी हुंदी है। और जे इस तरीके दे नाल प्रोफेसर साहब वैसे भी देखिए आपां तां जिहड़ी गुरबाणी की पंक्ति जिवें जागरूकता अक्सर वरतदे हुंदे आ, मैं मेरे अंदर भी एक सवाल सीगा जिवें आउंदी हुंदी आ भी तेरा की आ मीठा लागे। जे मतलब अरदास दा कंसैप्ट असीं इह रखणा भी असीं रब अगे अरदास करनी है, गुरु ग्रंथ साहिब अगे अरदास करनी है, ते अरदास दे नाल उहनां ने अपना सानू जो चाहीदा वह दे देना, यदा मतलब फिर जो भाणा मिठा लगन का कितने रह गया, कितने रह गई गल? ना इतों तक मैं जड़ा भी समा ज्यादा ना लगे वो करके संकोच कर रहा। गुरबाणी च यहोजियां बहुत पंक्तियां ने जिड़िया ये कहदियां ने, क्या मूह लै कीचै अरदास, पाप पुन दोए साखी पास। वह भलिया मानसा किहड़े मूँह नाल अरदास करी जाना है, तू माड़े अते चंगे कम अपने आप नाल ये पछाण कर कि तू किन्ने माड़े कम किए ने किन्ने चंगे कम किए ने, नतीजा उहदे मुताबक निकलना है, तेरी अरदास ने कुछ भी नहीं करना। तो इसे तरह बहुत सारिया होर पंक्तियां भी है कि बिन बोलिया सब कुछ जानता, किस आगे कीचै अरदास जीओ। वह तो भाई बिना बोलन तो ही सारा कुछ जानता है, भाव के उहदा अडोल नियम अपने आप चल रहा है। हुण जे कोई आखे कि सूरज नूं कि सर्दियां दे विच पाला बहुत हो रहा, भाई माड़ा जा होर उच्चा जा हो जा, धुप कढ़ दे असीं तां पाले मरी जांदे आ, ते सूरज ने अपना नियम नहीं बदलना। इसे तरह बरसात सानू हुणे चाहीदी है, यह कानून नियम कुदरत दा नहीं बदलना। हवा ठंडी चाहीदी है कि गर्म चाहीदी है, यह नियम नहीं बदलना। इत्थे हमलावर लोग आए ने, हमले कर गए ने, साडियां अरदासां नाल वह वापस नहीं मुड़े, लुट के खा गए सानू, यह सारा कोई ध्यान देने की लोड़ है। जे अरदासां नाल इस तरह कोई समरना हुंदा वह नहीं समरना सी, यह तां पुजारी ने आप लोगों नू लुट के खाण वास्ते एक राह लभ लिया कि अरदास कराओ ते सानू भेटा पूजा दिओ ते चुप करके घर ही बह जाओ, काम तुहाडे आपे रब करूगा, रब नू नौकर बना के रख लिया, असीं मालक बन के बह गए। बिल्कुल बिल्कुल जी, इहदे विच तां इही साबित हुंदा वी रब साडा नौकर, असीं मालक आ जो कहिंदे आ उह करदा। प्रोफेसर साहब अगला सवाल है जी 414 नंबर, जगजीत सिंह बठिंडा तों, इन्हां दा सवाल है जी जिहड़ा जिहड़ी आपां फतेह बुलाउने आ, वाहिगुरू जी का खालसा वाहिगुरू जी की फतेह, इह बुलाउणी जरूरी है? ते नंबर दो नाल ही सवाल है वी फतेह दा पिछोकड़ की है, कित्थों शुरू होई, किवें होई? जिवें जिहड़े टकसाली हैगे उह तां कहिंदे आ वी जिहड़ी इह वाहिगुरू जी का खालसा वाहिगुरू जी की फतेह आ दसम ग्रंथ दे विचों आई है, दसम ग्रंथ की प्रौढ़ता दे लई वी इह गल कीती जांदी है, तां की पिछोकड़ है जी इहदा, कित्थों आया इह, किवें आया साडे? ये तो जी दूजे धर्मां वाले भी दूजिया जथेबंदियां वाले सारी दुनिया के अपने लोगों
मिलन वेले कोई ना कोई तरीका हुंदा है। भारत दे विच चल रहा सी नमस्कार है, जानी कि नीवे होके सिर झुका के नमस्कार करनी, यह भी लिखा होया है मनु स्मृति च कि केड़े बंदे ने किन्ना झुक के अरदास करनी है। तो जिहड़ा शूद्र वास्ते है वह एक तो ब्राह्मण तो उची जात वाले तो इन्ने गज उन्हें लगभग दूर रहना है, तो फिर बिल्कुल वह झुक के नीवा होके उस उन्हें जिहड़ी है ये नमस्कार करनी है, तो फिर उन्हें किन्ना झुकना है तो किन्नी दूर नहीं है, केवल आशीर्वाद देना ब्राह्मण मालक बनके। इस तरह मुसलमाना दे विच भी कुछ तौर तरीके ने, वह जिहड़ा एक दूजे नूं मिलण वेले सलाम अलैकुम वालेकुम सलाम वह कई कुछ कहिंदे ने, गुरु साहब ने झुकण तों रोक दिता कि असीं सारे बराबर हाँ, जदों असीं एक दूजे नूं मिलना है तां सिर उच्चा रख के वाहिगुरू जी का खालसा वाहिगुरू जी की फतेह कहनी है, तो कोई उच्चा नहीं है कोई नीवा नहीं है, असीं सारे भैण भरा बराबर हाँ। पर दुखदाई पहलू यह है कि इथों दे साध संत डेरेदार आदिक जिहड़े पखंडी तुरे फिरदे ने ते समेत साडे जथेदार ते उहनां दे नावां नाल सिंह साहब अते वड्डे वड्डे अहुदे ला के वह आप फतेह नहीं बुलाउंदे, लोकी उहनां नूं फतेह भी बुलाउंदे ने ते कई तां पैरी हथ भी लाई जांदे ने, अज तक साडे मनां चों इह चीज़ां निकलियां नहीं हन। इह तां गुरु साहब ने मुसलमाना तों हिंदुआं तों एक नवेकली चीज़ सानूं दित्ती सी कि जदों मिलना है आपां रब नूं याद करना है, ਉਹਦੀ ਦਿੱਤੀਆਂ ਦਾਤਾਂ ਨੂੰ ਯਾਦ ਕਰਨੀ ਹੈ, ਉਹ ਰੱਬ ਕਿਤੇ ਬਾਹਰ ਨਹੀਂ ਬੈਠਾ ਸਾਡੇ ਅੰਦਰ ਬੈਠਾ ਹੈ, ਅਸੀਂ ਉਹਦੇ ਗੁਣ ਗਾਇਨ ਕਰਨੇ ਨੇ, ਬਰਾਬਰਤਾ ਦੇ ਨਾਲ ਇੱਕ ਦੂਜੇ ਨੂੰ ਮਿਲਣਾ ਹੈ ਤੇ ਪਿਆਰ ਭਰੇ ਤਰੀਕੇ ਨਾਲ ਪੇਸ਼ ਆਉਣਾ ਹੈ, ਇਹ ਭਾਵਨਾ ਇਹਦੀ ਪ੍ਰਗਟ ਕੀਤੀ ਗਈ ਸੀ। ਅੱਜ ਜੇ ਕੋਈ ਇਕੱਲਾ ਇਹ ਵੀ ਕਹਿ ਦੇਵੇ ਗੁਰਫਤਿਹ ਤਾਂ ਉਹਨੂੰ ਵੀ ਬੁਰਾ ਨਹੀਂ ਮੰਨਣਾ ਚਾਹੀਦਾ, ਤੇ ਜਿਹੜੇ ਬੰਦੇ ਇਸਲਾਮ ਦੇ ਵਿੱਚ ਤਾਂ ਵਾਲੇਕਮ ਸਲਾਮ ਕਹਿੰਦੇ ਨੇ ਤੇ ਅੱਜ ਤਾਂ ਸਾਡੇ ਆਲੇ ਦੁਆਲੇ ਦੇਖ ਲਈਏ ਕਿ ਹੈਲੋ ਵੀ ਕਹਿ ਦਿੰਦੇ ਨੇ, ਪੱਛਮੀ ਮੁਲਕਾਂ ਚ ਹਾਏ ਵੀ ਕਹਿ ਦਿੰਦੇ ਨੇ, ਉਹਨੂੰ ਵੀ ਕੋਈ ਬੁਰਾ ਨਹੀਂ ਕਰਦਾ ਹੈ। ਤੇ ਇਸ ਤਰ੍ਹਾਂ ਇਹ ਚੀਜ਼ਾਂ ਸਮੇਂ ਦੇ ਅਨੁਸਾਰ ਤਬਦੀਲੀਆਂ ਹੁੰਦੀਆਂ ਆਈਆਂ ਨੇ, ਆਪੋ ਆਪਣੇ ਦੇਸ਼ ਦੀਆਂ ਸਭਿਅਤਾਵਾਂ ਨੇ ਪਰੰਪਰਾਵਾਂ ਨੇ, ਬਾਹਰਲੇ ਦੇਸ਼ਾਂ ਚ ਸਾਡੇ ਬੱਚੇ ਵੀ ਇਸ ਤਰ੍ਹਾਂ ਕਰ ਲੈਂਦੇ ਨੇ, ਉਹਨਾਂ ਦੀ ਬੇਇੱਜ਼ਤੀ ਨਾ ਕਰੀਏ ਅਪਮਾਨਤ ਨਾ ਕਰੀਏ ਕਿ ਤੁਸੀਂ ਇਸ ਤਰ੍ਹਾਂ ਕਰ ਦਿੱਤਾ ਸਿੱਖ ਧਰਮ ਤੋਂ ਗਏ ਨਹੀਂ, ਇਹ ਹਾਲਾਤ ਅਨੁਸਾਰ ਸਾਰਾ ਕੁਝ ਬਦਲਦਾ ਆਉਂਦਾ, ਉਹ ਫਿਰ ਵੀ ਚੰਗੇ ਇਨਸਾਨ ਬਣੇ ਰਹਿਣ, ਇਹ ਆਪਣੇ ਮਨ ਚ ਆਪਾਂ ਧਿਆਨ ਰੱਖੀਏ। ਇਹ ਫਤਿਹ ਕਿਹੜੇ ਢੰਗ ਨਾਲ ਬਣਾਈ ਹੈ, ਇਹ ਕਿਸੇ ਨੂੰ ਅਪਮਾਨਿਤ ਕਰਨ ਦਾ ਯਤਨ ਨਾ ਕਰੋ ਜੀ। ਅਗਲਾ ਸਵਾਲ 415 ਨੰਬਰ ਪ੍ਰੋਫੈਸਰ ਸਾਹਿਬ ਇਹਨਾਂ ਦਾ ਹੀ ਸਵਾਲ ਆ, ਉਹ ਵੀ ਰਿਲੇਟਡ ਹੈ, ਇਹਦੇ ਤੋਂ ਮਿਲਦਾ ਜੁਲਦਾ ਹੀ ਸਵਾਲ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਹੈਗੀ ਆ, ਸਾਨੂੰ ਪਤਾ ਹੈ ਜਿਸ ਬੰਦੇ ਤੇ ਗਾਤਰਾ ਪਾਇਆ ਹੁੰਦਾ ਹੈ, ਦਾੜੀ ਰੱਖੀ ਹੁੰਦੀ ਹੈ, ਜਿਹੜਾ ਅੰਮ੍ਰਿਤਧਾਰੀ ਹੁੰਦਾ ਉਹ ਬੁਲਾਉਂਦਾ, ਜਿਹੜਾ ਦੂਜਾ ਹੁੰਦਾ ਜਿਹਦਾ ਅੰਮ੍ਰਿਤ ਨਹੀਂ ਛਕਿਆ ਉਹ ਤਾਂ ਸੰਗ ਮੰਨਦਾ ਹੈ, ਬੁਲਾਉਂਦਾ ਵੀ ਨਹੀਂ ਗਾ, ਉਹ ਸ਼ਰਮ ਜੀ ਮਹਿਸੂਸ ਕਰਦਾ ਵੀ ਮੈਂ ਕਿਉਂ ਬੁਲਾਵਾਂ, ਇਹ ਸਾਡੇ ਵਿੱਚ ਹੈਗਾ। ਉਹਨਾਂ ਦੇ ਲਈ ਫਿਰ ਇੱਕ ਵੱਖਰਾ ਸ਼ਬਦ ਹੈਗਾ ਸਤਿ ਸ੍ਰੀ ਅਕਾਲ। ਇਹਨਾਂ ਦਾ ਅਗਲਾ ਸਵਾਲ ਇਹ ਹੈ ਵੀ ਸਤਿ ਸ੍ਰੀ ਅਕਾਲ ਦਾ ਕੀ ਪਿਛੋਕੜ ਹੈ, ਸਤਿ ਸ੍ਰੀ ਅਕਾਲ ਕਿਉਂ ਬੁਲਾਈ ਜਾਂਦੀ ਹੈ, ਇੱਕ ਸਾਡੇ ਜਕਾਰਾ ਵੀ ਹੈਗਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਉਹਦਾ ਵੀ ਕੀ ਮਤਲਬ ਹੈ? ਹਾਂਜੀ, ਇਹ ਨਾ ਜੰਗਾਂ ਯੁੱਧਾਂ ਦੇ ਵਿੱਚ ਆਪਣੇ ਲੋਕਾਂ ਨੂੰ ਜੋਸ਼ ਦਿਵਾਉਣ ਵਾਸਤੇ, ਜਿਵੇਂ ਮੁਸਲਮਾਨਾਂ ਦੇ ਵਿੱਚ ਅੱਲਾਹੂ ਅਕਬਰ ਉਹ ਕਹਿੰਦੇ ਹੁੰਦੇ ਸੀ, ਅੱਲਾਹੂ ਅਕਬਰ ਬੜੇ ਜੋਸ਼ ਦੇ ਨਾਲ ਕਹਿੰਦੇ ਸੀ ਜਦੋਂ ਕਿਤੇ ਉਹਨਾਂ ਨੇ ਜੰਗ ਯੁੱਧ ਦੇ ਵਿੱਚ ਜਾਣਾ। ਤਾਂ ਹਿੰਦੂਆਂ ਦੇ ਵਿੱਚ ਸੀ ਹਰ ਹਰ ਮਹਾਂਦੇਵ, ਇਹ ਪ੍ਰਚਲਿਤ ਸੀ ਬਹੁਤ ਦੇਰ ਤੋਂ, ਤੇ ਗੁਰੂ ਸਾਹਿਬ ਨੇ ਫਿਰ ਨਵੇਕਲੀ ਚੀਜ਼ ਸਾਨੂੰ ਇੱਕ ਦਿੱਤੀ ਕਿ ਅਸੀਂ ਜੋ ਬੋਲੇ ਇਹਨੂੰ ਜੋ ਸ਼ਬਦ ਪਹਿਲਾਂ ਜ਼ਰੂਰੀ ਹੈ, ਜਿਹੜਾ ਕਿ ਸਾਨੂੰ ਭੁੱਲ ਗਿਆ ਆਮ ਤੌਰ ਤੇ ਨਹੀਂ ਲਾਇਆ ਜਾਂਦਾ, ਜੋ ਬੋਲੇ ਅਸਲ ਚ ਸੋ ਨਿਹਾਲ ਹੋਵੇ, ਭਾਵ ਕਿ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹ ਜੋਸ਼ ਦਬਾਉਣ ਵਾਸਤੇ ਜੰਗ ਯੁੱਧ ਨੂੰ ਜਦੋਂ ਚੜ੍ਹਾਈ ਕਰਦੇ ਸੀ ਪੁਰਾਣੇ ਸਮਿਆਂ ਚ ਸਿੰਘ, ਉਦੋਂ ਇਸ ਜਕਾਰੇ ਦੇ ਨਾਲ ਆਪਣੇ ਸੰਗੀਆਂ ਸਾਥੀਆਂ ਦੇ ਵਿੱਚ ਉਹ ਜੋਸ਼ ਭਰਦੇ ਸੀ, ਤੇ ਅੱਗੋਂ ਜਾ ਕੇ ਜਦੋਂ ਜੰਗ ਯੁੱਧ ਹਟ ਗਏ ਤਾਂ ਫਿਰ ਸ਼ਾਂਤਮਈ ਤਰੀਕੇ ਨਾਲ ਵੀ ਕੋਈ ਮੋਰਚੇ ਲੱਗੇ ਤਾਂ ਉਦੋਂ ਫਿਰ ਇਹ ਜਕਾਰਾ ਬੁਲਾਇਆ ਜਾਂਦਾ ਸੀ ਤਾਂ ਕਿ ਬੰਦਾ ਮਾਨਸਿਕ ਤੌਰ ਤੇ ਤਿਆਰ ਰਵੇ। ਤੇ ਅੱਜ ਵੀ ਜਦੋਂ ਕਿਸੇ ਬੰਦੇ ਨੂੰ ਉਤਸ਼ਾਹਿਤ ਕਰਨਾ ਹੋਵੇ, ਉਹਦੀ ਗੱਲ ਚੰਗੀ ਲੱਗੇ ਜਾਂ ਉਹਨੂੰ ਸਨਮਾਨ ਦੇਣਾ ਹੋਵੇ ਤਾਂ ਉਹਦੇ ਹੱਕ ਵਿੱਚ ਖੜੇ ਹੋ ਕੇ ਜਕਾਰਾ ਛੱਡਦੇ ਨੇ, ਬੋਲੇ ਸੋ ਨਿਹਾਲ ਕਹਿ ਦਿੰਦੇ ਨੇ। ਇਹ ਉਤਸ਼ਾਹਿਤ ਕਰਨ ਵਾਸਤੇ, ਆਪਣੇ ਲੋਕਾਂ ਨੂੰ ਇਹ ਦੱਸਣ ਵਾਸਤੇ ਕਿ ਅਸੀਂ ਇਸ ਗੱਲ ਤੋਂ ਬਹੁਤ ਖੁਸ਼ ਹਾਂ। ਪਰ ਅਫਸੋਸ ਇਹ ਹੈ ਕਈ ਵਾਰੀ ਤਾਂ ਜਿਹੜੇ ਰਾਗੀ ਢਾਡੀ ਨੇ ਉਹ ਪ੍ਰਬੰਧਕ ਨੇ ਤੇ ਬਿਨਾਂ ਮਤਲਬ ਤੋਂ ਹੀ ਜਕਾਰੇ ਬੁਲਾਈ ਜਾਂਦੇ ਨੇ, ਸਟੇਜ ਤੇ ਖੜੇ ਬੰਦੇ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਗੱਲ ਤਾਂ ਮੈਂ ਦੁਖਦਾਈ ਸੁਣਾਈ ਹੈ, ਇਹਦੇ ਨਾਲ ਤਾਂ ਸ਼ਰਮ ਦੇ ਨਾਲ ਡੁੱਬ ਕੇ ਮਰਨ ਵਾਲੀ ਗੱਲ ਹੈ, ਤੇ ਇਹ ਭਲੇ ਮਾਨਸ ਇਹਨਾਂ ਨੂੰ ਇਹ ਵੀ ਨਹੀਂ ਪਤਾ ਜਕਾਰੇ ਛੱਡੀ ਜਾ ਰਹੇ ਨੇ। ਕਈ ਵਾਰੀ ਮੈਂ ਆਪ ਵੇਖਿਆ ਜਿਹੜਾ ਸਿਆਣਾ ਬੁਲਾਰਾ ਹੈ ਸਟੇਜ ਤੇ ਉਹਨੂੰ ਕਹਿਣਾ ਪੈਂਦਾ
ਉਹ ਭਾਈ ਇਹ ਜਕਾਰਾ ਛੱਡਣ ਵਾਲੀ ਗੱਲ ਨਹੀਂ ਹੈ, ਸ਼ਰਮ ਕਰੋ ਮਾੜੀ ਮੋਟੀ, ਇਹਦੇ ਜਕਾਰੇ ਵਾਲਾ ਨਹੀਂ ਗੱਲ ਕੰਮ ਹੈ, ਇਹਨੂੰ ਰਹਿਣ ਦਿਓ, ਇਹ ਜਕਾਰਾ ਜਦੋਂ ਮੈਂ ਤੁਹਾਨੂੰ ਦੱਸਾਂਗਾ ਉਦੋਂ ਛੱਡ ਦਿਓ। ਤੇ ਕਈਆਂ ਗੁਰਦੁਆਰੇ ਮੈਂ ਇਹ ਵੀ ਦੇਖਿਆ ਕਿ ਜਕਾਰਾ ਬੁਲਾਉਣ ਵਾਲਾ ਬੰਦਾ ਕੋਈ ਬਿਠਾਇਆ ਹੁੰਦਾ, ਉਹਦੇ ਪਿੱਠ ਤੇ ਹੱਥ ਲਾਉਂਦੇ ਨੇ ਕਿ ਲੈ ਹੁਣ ਟਾਈਮ ਹੋ ਗਿਆ ਜਕਾਰਾ ਛੱਡ ਦੇ। ਤੇ ਇਹਦੀ ਹੁਣ ਕੀਮਤ ਲਗਭਗ ਖਤਮ ਕਰ ਦਿੱਤੀ ਇਹਨਾਂ ਲੋਕਾਂ ਨੇ। ਇਹ ਸੀ ਉਤਸ਼ਾਹ ਦੇਣ ਵਾਸਤੇ, ਇਹ ਸੀ ਹੌਸਲਾ ਵਧਾਉਣ ਵਾਸਤੇ, ਇਹ ਸੀ ਕਿਸੇ ਦੀ ਪ੍ਰਵਾਨਗੀ ਦੇਣ ਵਾਸਤੇ ਕਿ ਤੁਹਾਡਾ ਕੰਮ ਸਾਨੂੰ ਮਨਜ਼ੂਰ ਹੈ, ਚਲੋ ਜਕਾਰਾ ਛੱਡ ਕੇ ਸਾਰੇ ਜਣੇ ਆਪਾਂ ਇਸ ਤਰ੍ਹਾਂ ਦਾ ਇਹਨੂੰ ਪ੍ਰਵਾਨਗੀ ਦਈਏ। ਇਹ ਭਾਵਨਾ ਸੀ ਤੇ ਇਸ ਤਰ੍ਹਾਂ ਦੀ ਭਾਵਨਾ ਸਾਡੇ ਚੋਂ ਅਲੋਪ ਹੋ ਗਈ, ਪਰ ਹੁਣ ਜਕਾਰੇ ਵੀ ਇਹ ਨਹੀਂ ਪਤਾ ਲੱਗਦਾ ਕਦੋਂ ਬੁਲਾਉਣੇ ਨੇ ਤੇ ਕਦੋਂ ਨਹੀਂ ਬੁਲਾਉਣੇ। ਇਸ ਤਰ੍ਹਾਂ ਦੀ ਹਾਲਤ ਸਾਡੀ ਲਗਭਗ ਹੋ ਚੁੱਕੀ ਹੋਈ ਹੈ। ਸੋ ਇਹ ਉਤਸ਼ਾਹ ਵਾਸਤੇ, ਚੜ੍ਹਦੀ ਕਲਾ ਵਾਸਤੇ, ਜੰਗਾਂ ਯੁੱਧਾਂ 'ਚ ਵੀ, ਅਮਨ ਅਮਾਨ ਦੇ ਵਿੱਚ ਵੀ, ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਇਹ ਜਕਾਰਾ ਸੀ। ਬਿਲਕੁਲ ਠੀਕ ਹੈ ਜੀ। ਮੈਂ ਤੁਹਾਡੀ ਗੱਲ ਦੇ ਵਿੱਚ ਕਹਿ ਰਿਹਾ ਸੀ, ਮੈਂ ਕਿਹਾ ਉਹ ਜਿਵੇਂ ਤੁਸੀਂ ਦੱਸ ਰਹੇ ਸੀਗੇ ਵੀ ਜਕਾਰੇ ਦਾ ਪਤਾ ਨਹੀਂ ਹੁੰਦਾ ਕਿ ਇਹਦੀ ਗੱਲ ਹੁੰਦੀ ਹੈ, ਉਦਾਸੀ ਵਾਲੀ ਤੇ ਲਾ ਦਿੰਦੇ ਆ। ਜੋਨੀ ਬਾਬੇ ਦੀ ਇੱਕ ਵੀਡੀਓ ਬੜੀ ਘੁੰਮੀ ਸੀ, ਸ਼ਾਇਦ ਤੁਸੀਂ ਦੇਖੀ ਹੋਣੀ ਆ। ਹਾਂਜੀ, ਜਦੋਂ ਕਹਿੰਦਾ ਹੁੰਦਾ ਇਹਦੇ 'ਚ ਜਕਾਰੇ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ। ਕਾਫੀ ਉਹਦੇ ਉੱਤੇ ਟਿਕਟੋਕ ਦੇ ਉੱਤੇ ਨੌਜਵਾਨਾਂ ਨੇ ਵੀਡੀਓ ਵੀ ਪਾਈਆਂ ਸੀਗੀਆਂ, ਤਾਂ ਬਕਾਇਦਾ ਦੇਖਣ ਨੂੰ ਮਿਲੀਆਂ ਇਹ ਗੱਲਾਂ ਸਾਨੂੰ। ਹਾਂਜੀ ਹਾਂਜੀ, ਸਰੋਤਿਓ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਸਾਥ ਦਿੱਤਾ ਸਾਡਾ ਇੰਨੇ ਸਮੇਂ ਦੇ ਲਈ। ਨੈਟਵਰਕ ਦੀ ਜਿਹੜੀ ਕੋਈ ਥੋੜੀ ਬਹੁਤ ਪ੍ਰੋਬਲਮ ਹੋਈ ਹੈ ਉਹਦੇ ਲਈ ਅਸੀਂ ਖਿਮਾ ਮੰਗਦੇ ਹਾਂ। ਅੱਗੇ ਤੋਂ ਕੋਸ਼ਿਸ਼ ਕਰਾਂਗੇ ਠੀਕ ਹੋ ਜੇ, ਨਾ ਠੀਕ ਹੋਊਗਾ ਤਾਂ ਭਾਈ ਅਸੀਂ ਸੁਣਨਾ ਪੈਣਾ, ਇਲਾਜ ਕੋਈ ਨਹੀਂ ਗਾ ਸਾਡੇ ਕੋਲ। ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਵੀ ਉਹ ਠੀਕ ਹੋ ਹੋ ਜੇ ਤਾਂ ਉਹਨੂੰ ਆਪਾਂ ਠੀਕ ਕਰ ਲਈਏ। ਠੀਕ ਹੈ ਪ੍ਰੋਫੈਸਰ ਸਾਹਿਬ, ਆਪਾਂ ਲੈਂਦੇ ਹਾਂ ਜੀ ਇਜਾਜ਼ਤ ਸਰੋਤਿਆਂ ਤੋਂ, ਅਗਲੇ ਸੋਮਵਾਰ ਨੂੰ ਆਪਾਂ ਫਿਰ ਮਿਲਾਂਗੇ। ਤਦ ਤੱਕ ਲਈ ਦਿਓ ਸਾਨੂੰ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।